ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਬੀਬੀ ਹਰਸ਼ਮਤ ਕੌਰ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਜਲਸੇ ਦੌਰਾਨ ਬੈਂਕ ਚੈੱਕ ਕੱਟੇ ਜਾਣ ਤੋਂ ਨਵੇਂ ਸ਼ੰਕੇ ਖੜ੍ਹੇ ਹੋ ਗਏ ਨੇ, ਜਿਸ ਦੀ ਜਾਂਚ ਵਾਸਤੇ ਚੋਣ ਪ੍ਰਸ਼ਾਸਨ ਜੁੱਟ ਗਿਆ ਹੈ। ਮਾਮਲਾ ਪਿੰਡ ਘੋਦਾ ਦੇ ਚੋਣ ਜਲਸੇ ਦਾ, ਜਿੱਥੇ ਬੀਬੀ ਹਰਸ਼ਮਤ ਕੌਰ ਬਾਦਲ 12 ਵਜੇ ਪੁੱਜੇ। ਚੋਣ ਜਲਸੇ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਹ ਸਟੇਜ 'ਤੇ ਜਿਉਂ ਪੁੱਜੇ ਤਾਂ ਉਹਨਾਂ ਕੋਲ ਇੱਕ ਵਿਅਕਤੀ ਆਇਆ, ਜਿਨ੍ਹਾਂ ਨੇ ਬੀਬਾ ਬਾਦਲ ਨੂੰ ਨੇੜੇ ਹੋ ਕੇ ਕੁਝ ਕਿਹਾ। ਉਸ ਮਗਰੋਂ ਬੀਬਾ ਬਾਦਲ ਨੇ ਸਟਾਫ ਤੋਂ ਇੱਕ ਚੈੱਕ ਬੁੱਕ ਫੜੀ ਅਤੇ ਮੌਕੇ 'ਤੇ ਇੱਕ ਚੈੱਕ ਕੱਟ ਦਿੱਤਾ। ਚੈੱਕ ਕਿਸ ਮਕਸਦ ਲਈ ਕੱਟਿਆ ਗਿਆ ਅਤੇ ਚੈੱਕ ਕਿੰਨੀ ਰਾਸ਼ੀ ਦਾ ਹੈ, ਇਹ ਫਿਲਹਾਲ ਭੇਤ ਬਣਿਆ ਹੋਇਆ। ਸੂਤਰ ਕਹਿੰਦੇ ਆ ਇਹ ਤਾਂ ਸਾਫ਼ ਹੋ ਗਿਆ ਕਿ ਬੀਬਾ ਬਾਦਲ ਆਪਣੀ ਚੈੱਕ ਬੁੱਕ ਆਪਣੇ ਕੋਲ ਹੀ ਰੱਖਦੇ ਨੇ। ਜੇ ਕੋਈ ਉਹਨਾਂ ਦੇ ਕੰਨ ਵਿੱਚ ਕਹਿੰਦਾ ਕਿ ਮੇਰੀ ਮਦਦ ਕਰ ਦਿਓ ਤਾਂ ਫਟਾਫਟ ਚੈੱਕ ਵੀ ਕੱਟ ਦਿੰਦੇ ਨੇ। ਪੰਜਾਬ ਡੈਰੀ ਹੁਣ ਫੇਸਬੁੱਕ 'ਤੇ ਵੀ, ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ। ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆਂ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ। ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ।